ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਲੀਡਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਿੱਖ ਇਤਿਹਾਸ ਦੇ ਹਵਾਲੇ ਨਾਲ 1708 ਵਿੱਚ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਕਿ ਵੈਰਾਗੀ ਸੀ ਵੈਰਾਗ ਮੱਤ ਉਹਦਾ ਨਾਂ ਲਛਮਣ ਦਾਸ ਮਾਧੋ ਦਾਸ ਵੈਰਾਗੀ ਦਸਵੇਂ ਪਾਤਸ਼ਾਹ ਦੇ ਹਜ਼ੂਰ ਉਸਨੇ ਆਪਣੇ ਆਪ ਨੂੰ ਤੁਹਾਡਾ ਬੰਦਾ ਕਹਿ ਕੇ ਨਤਮਸਤਕ ਹੋਇਆ ਜੀ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਖੰਡੇ ਦੀ ਪੌਲ ਸਤਿਗੁਰੂ ਨੇ ਬਖਸ਼ੀ ਨਾਂ ਉਹਦਾ ਗੁਰਬਖਸ਼ ਸਿੰਘ ਰੱਖਿਆ ਗਿਆ ਜੀ ਪਰ ਕਿਉਂਕਿ ਇਹੀ ਸ਼ਬਦ ਜ਼ਿਆਦਾ ਪਾਪੂਲਰ ਹੋਇਆ ਕਿ ਬੰਦਾ ਤੁਹਾਡਾ ਬੰਦਾ ਇਸ ਲਈ ਫਿਰ ਉਹ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਪੰਥ ਦੇ ਵਿੱਚ ਮਕਬੂਲ ਨੇ ਜੀ 1926 ਦੇ ਵਿੱਚ ਗੁਰਦੁਆਰਾ ਚੋਣਾਂ 1925 ਦੇ ਗੁਰਦੁਆਰਾ ਐਕਟ ਥੱਲੇ ਹੋਈਆਂ ਔਰ ਉਹਦੇ ਜਿਹੜਾ ਪਹਿਲਾ ਸੈਸ਼ਨ ਹੈ ਅੱਜ ਦੇ ਦਿਨ ਟਾਊਨ ਹਾਲ ਅੰਮ੍ਰਿਤਸਰ ਵਿਖੇ ਹੋਇਆ 1926 'ਚ 1985 ਦੇ ਵਿੱਚ ਦਿੱਲੀ ਇਸ ਮਹੀਨੇ ਦੇ ਵਿੱਚ ਹੀ ਆਲਮੋਸਟ 2-3 ਹਫ਼ਤਿਆਂ ਦੇ ਵਿਚਾਲੇ 30 ਜੁਲਾਈ ਔਰ 4 ਸਤੰਬਰ 30 ਜੁਲਾਈ ਨੂੰ ਲਲਿਤ ਮਾਖਣ ਜਿਹਨੇ 1984 'ਚ ਦਿੱਲੀ 'ਚ ਸਿੱਖ ਨਸਲਕੁਸ਼ੀ ਦੇ ਵਿੱਚ ਖਾਸ ਰੋਲ ਅਦਾ ਕੀਤਾ ਸੀ ਉਹ ਮਾਰਿਆ ਗਿਆ ਔਰ ਅੱਜ ਦੇ ਦਿਨ ਅਰਜਨ ਦਾਸ ਜਿਹਨੇ ਕਿ ਅੱਗੇ ਵੱਧ ਵੱਧ ਕੇ ਭੀੜਾਂ ਦੀ ਅਗਵਾਈ ਕਰਕੇ ਔਰ ਇਹ ਲੋਕਲ MLA ਸੀ ਇਸ ਨੂੰ ਸਜ਼ਾ ਯਾਫਤਾ ਸਿੰਘਾਂ ਨੇ ਕੀਤਾ ਜੀ 1991 ਦੇ ਵਿੱਚ 2 ਬਹਾਦਰ ਯੋਧੇ ਜਿਹੜੇ ਨੇ ਅੱਜ ਦੇ ਦਿਨ ਸਾਇਨਾਈਡ ਖਾ ਕੇ ਸ਼ਹੀਦ ਹੋਏ ਉਹਨਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਇਹ ਦੋਨੋਂ ਹੀ ਬੜੇ ਕਿਰਤੀ ਪਰਿਵਾਰਾਂ ਨਾਲ ਸੰਬੰਧਿਤ ਸਨ ਬਲਵਿੰਦਰ ਸਿੰਘ ਜਟਾਣਾ 24-25 ਸਾਲਾਂ ਦਾ ਹਾਈਲੀ ਐਜੂਕੇਟਡ ਔਰ ਉਸਨੇ ਬਹੁਤ ਚੰਗਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਦੂਸਰੀਆਂ ਜਥੇਬੰਦੀਆਂ ਦੇ ਨਾਲ ਕੰਮ ਕੀਤਾ ਔਰ ਬਹੁਤ ਵੱਡੇ ਵੱਡੇ ਮਾਰਕਾ ਖੇਜ਼ ਉਹਨਾਂ ਨੇ ਕੰਮ ਕੀਤੇ ਔਰ ਇੱਥੋਂ ਤੱਕ ਕਿ ਵੀ ਜਿਹੜਾ ਜ਼ੁਲਮ ਦੀ ਗੱਲ ਸੀ ਸੁਮੇਧ ਸੈਣੀ ਜਿਹਨੂੰ ਅੱਜ ਡਾਇਰੈਕਟਰ ਜਨਰਲ ਪੁਲਿਸ ਲਾਇਆ ਹੋਇਆ ਇਸ ਦਾ ਖਾਸ ਜਿਹੜਾ ਪੂਲਾ ਇਸ ਨੂੰ ਗੁੱਗੂ ਨਵਤੇਜ ਸਿੰਘ ਬਟਾਲਾ ਨੇ ਸੋਧਿਆ ਜੇਲ੍ਹ ਦੇ ਅੰਦਰ ਜੀ ਉਸ ਪੂਲੇ ਨੇ ਫਿਰ ਇਸ ਜਟਾਣੇ ਦੇ ਘਰ 'ਚ ਅੱਗ ਲਾ ਕੇ ਉਹਦੀ ਬਿਰਦ ਦਾਦੀ ਉਹਦੀ ਭਤੀਜੀ ਉਹਦੀ ਭਰਜਾਈ ਘਰ ਦੇ 8-9 ਜੀ ਜਿਹੜੇ ਨੇ ਉਹ ਜਿਉਂਦੇ ਹੀ ਸਾੜ ਦਿੱਤੇ ਸੀ ਪਰ ਇਹਦੇ ਬਾਵਜੂਦ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਔਰ ਅਲਟੀਮੇਟਲੀ ਕਿਸੇ ਮੁਖਬਰ ਦੀ ਸੂਹ ਦੇ ਉੱਤੇ ਜਿਹੜਾ ਨੇ ਘੇਰੇ 'ਚ ਆਏ ਔਰ ਦੋਨਾਂ ਨੇ ਸਿੰਘਾਂ ਨੇ ਸਾਇਨਾਈਡ ਖਾ ਕੇ ਆਪਣੇ ਜੀਵਨ ਦਾ ਅੰਤ ਕੀਤਾ ਸੋ ਇਹ 1991 ਦੇ ਵਿੱਚ ਹੋਇਆ ਸੋ ਅੱਜ ਉਹਨਾਂ ਦਾ ਵੀ ਸ਼ਹੀਦੀ ਦਿਨ ਹੈ ਸੋ ਕੋਈ ਦਿਨ ਐਸਾ ਨਹੀਂ ਹੋਏਗਾ ਸਿੱਖ ਇਤਿਹਾਸ ਦਾ 365 ਦਿਨਾਂ 'ਚ ਅਸੀਂ ਕੋਈ ਸਾਰਿਆਂ ਦੇ ਵੇਰਵੇ ਨਹੀਂ ਕੱਢ ਸਕਦੇ ਪਰ ਹਰ ਦਿਨ ਕਿਸੇ ਨਾ ਕਿਸੇ ਨੇ ਸਿੱਖੀ ਆਨ ਸ਼ਾਨ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਬੀਤੇ 'ਚ ਵੀ ਔਰ ਅਜੋਕੇ ਸਮੇਂ 'ਚ ਵਰਲਡ ਹਿਸਟਰੀ ਦੇ ਹਵਾਲੇ ਨਾਲ 1781 ਦੇ ਵਿੱਚ ਅੱਜ ਦੇ ਦਿਨ ਸਪੇਨ ਦੀ ਹਕੂਮਤ ਵੱਲੋਂ ਕਿਉਂਕਿ ਇਹ ਜਿਹੜਾ ਕੈਲੀਫੋਰਨੀਆ ਕਾਫੀ ਹੱਦ ਤੱਕ ਉਹਨਾਂ ਦੇ ਪ੍ਰਭਾਵ ਥੱਲੇ ਸੀ ਲੋਸ ਏਂਜਲਸ ਸ਼ਹਿਰ ਜਿਹੜਾ ਹੈ ਉਸ ਦੀ ਨੀਂਹ ਰੱਖੀ 1813 ਦੇ ਵਿੱਚ ਅਮਰੀਕਾ ਦੇ ਵਿੱਚ ਪਹਿਲਾ ਧਾਰਮਿਕ ਜਿਹੜਾ ਪੇਪਰ ਕ੍ਰਿਸਚੀਅਨ ਓਬਜ਼ਰਵਰ ਇਹ ਸ਼ੁਰੂ ਹੋਇਆ 1862 ਦੇ ਵਿੱਚ ਸਾਊਥ ਦੀਆਂ ਫੌਜਾਂ ਦੇ ਜਨਰਲ ਲੀ ਨੇ ਕਿਉਂਕਿ ਸਲੇਵਰੀ ਇਸ਼ੂ ਦੇ ਉੱਤੇ ਅਮਰੀਕਾ ਦੇ ਵਿੱਚ ਸਿਵਲ ਵਾਰ ਸ਼ੁਰੂ ਹੋ ਗਈ ਸੀ ਸਾਊਥ ਔਰ ਨੌਰਥ ਦੀ ਔਰ ਸਾਊਥ ਦਾ ਜਨਰਲ ਲੀ ਸੀ ਉਹਨੇ 50,000 ਫੌਜ ਦੇ ਨਾਲ ਨੌਰਥ ਦੇ ਉੱਤੇ ਚੜ੍ਹਾਈ ਕੀਤੀ ਹਾਲਾਂ ਉਹਦੇ ਚੈਂਡ 'ਚ ਸਾਊਥ ਵਾਲੇ ਹਾਰ ਗਏ ਸੀ ਅਬਰਾਹਿਮ ਲਿੰਕਨ ਦੇ ਥੱਲੇ ਦੇਸ਼ ਜਿਹੜਾ ਉਹ ਇਕੱਠਾ ਰਿਹਾ ਪਰ ਇਹ ਅਮਰੀਕਨਾਂ ਦੇ ਹਿੱਸੇ ਹੀ ਆਇਆ ਕਿ ਅੱਜ ਵੀ ਤੁਸੀਂ ਉਦੋਂ ਵਰਜੀਨੀਆ 'ਚ ਜਾਓ ਤੁਹਾਨੂੰ ਲੀ ਹਾਈਵੇ ਮਿਲੇਗਾ ਵੀ ਉਸ ਜਨਰਲ ਨੂੰ ਵੀ ਓਨਰ ਕੀਤਾ ਭਾਵੇਂ ਦੁਸ਼ਮਣ ਦੀਆਂ ਫੌਜਾਂ ਦਾ ਸੀ ਸਿਵਲ ਵਾਰ ਵੇਲੇ ਦੂਜੇ ਪਾਸੇ ਲੇਕਿਨ ਜਿੱਤ ਤੋਂ ਬਾਅਦ ਉਹਨੂੰ ਵੀ ਉਹਨਾਂ ਨੇ ਅਮਰੀਕਨ ਅੱਜ ਤੱਕ ਵੀ ਓਨਰ ਕਰਦੇ ਨੇ ਕਿ ਜਨਰਲ ਲੀ ਵਾਜ਼ ਅ ਗ੍ਰੇਟ ਜਨਰਲ 1864 ਦੇ ਵਿੱਚ ਜਦੋਂ ਕਿ ਸਿਵਲ ਵਾਰ ਸਿਚੁਏਸ਼ਨ ਚੱਲ ਰਹੀ ਸੀ ਅੰਨਦਾਣੇ ਦੀ ਵੀ ਕਮੀ ਸੀ ਐਲਾਬਾਮਾ ਦੇ ਵਿੱਚ ਮੋਬਿਲ ਸ਼ਹਿਰ ਹੈ ਉੱਥੇ ਬ੍ਰੈਡ ਰਾਇਟਸ ਹੋਏ ਬ੍ਰੈਡ ਨੂੰ ਲੈ ਕੇ ਕਿਉਂਕਿ ਬ੍ਰੈਡ ਨਹੀਂ ਸੀ ਮਿਲਦੀ ਔਰ ਲੋਕਾਂ ਦੇ ਵਿੱਚ ਫਸਾਦ ਹੋਇਆ 1882 'ਚ ਪਹਿਲਾ ਡਿਸਟ੍ਰਿਕਟ ਨਿਊਯਾਰਕ ਦਾ ਪਰਲ ਸਟਰੀਟ ਸਟੇਸ਼ਨ ਹੈ ਜਿੱਥੇ ਬਿਜਲੀ ਆਈ ਸਾਰੇ ਡਿਸਟ੍ਰਿਕਟ ਦੇ ਵਿੱਚ 1882 'ਚ ਫਸਟ ਡਿਸਟ੍ਰਿਕਟ ਲਿਟ ਬਾਈ ਇਲੈਕਟ੍ਰਿਸਿਟੀ 1885 ਦੇ ਵਿੱਚ ਪਹਿਲਾ ਕੈਫੇਟੇਰੀਆ ਨਿਊਯਾਰਕ ਦੇ ਵਿੱਚ ਖੁੱਲ੍ਹਿਆ 1904 ਦੇ ਵਿੱਚ ਦਲਾਈ ਲਾਮੇ ਨੇ ਬ੍ਰਿਟਿਸ਼ ਦੇ ਨਾਲ ਇੱਕ ਟ੍ਰੀਟੀ 'ਤੇ ਸਾਈਨ ਕੀਤਾ ਕਿ ਬਰਤਾਨੀਆ ਵਾਲੇ ਜਿਹੜੇ ਨੇ ਉਹ ਤਿੱਬਤ ਦੇ ਵਿੱਚ ਟ੍ਰੇਡ ਕਰ ਸਕਦੇ ਨੇ ਸੋ ਇਹ ਵਪਾਰੀ ਨੇ ਪੁਰਾਣੇ ਅੰਗਰੇਜ਼ ਹੋਣ ਫਰੈਂਚ ਹੋਣ ਨੋਰਵੀਜੀਅਨ ਹੋਣ ਬੈਲਜੀਅਨ ਹੋਣ ਇਹ ਸਾਰੇ ਹੀ ਦੁਨੀਆ ਦੇ ਵਿੱਚ ਅੱਜ ਮੈਂ
ਆਸਟ੍ਰੇਲੀਆ ਤੋਂ ਬੜਾ ਪਪੂਲਰ ਜਿਹੜਾ ਰੇਡੀਓ ਪ੍ਰੋਗਰਾਮ ਹੈ ਕੌਮੀ ਆਵਾਜ਼ ਜੀ ਉਸ ਪ੍ਰੋਗਰਾਮ 'ਚ ਮੈਂ ਸੀ ਲਗਭਗ ਅੱਧੇ ਘੰਟੇ ਲਈ ਅਤੇ ਜਿਹੜੇ ਹੋਸਟ ਨੇ ਉਹਨਾਂ ਨੇ ਸਵਾਲ ਪੁੱਛਿਆ ਕਿ ਵੀ ਇਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਗਿਆ ਹੈ ਇਹਦੇ ਬਾਵਜੂਦ ਕਿ ਕੋਈ ਇੰਡੀਆ ਨੇ ਕੋਈ ਨਿਊਕਲੀਅਰ ਸੇਫਗਾਰਡ ਨਹੀਂ ਰੱਖੇ ਕੋਈ ਜਿਹੜਾ ਸੀ ਟੀ ਬੀ ਟੀ ਜਾਂ ਨਿਊਕਲੀਅਰ ਨੋਨ ਪ੍ਰੋਲੀਫਰੇਸ਼ਨ ਟ੍ਰੀਟੀ 'ਤੇ ਦਸਤਖਤ ਨਹੀਂ ਕੀਤੇ ਇਹਦੇ ਬਾਵਜੂਦ ਇਹ ਕਿਉਂ ਕਰ ਰਹੇ ਨੇ ਮੈਂ ਕਿਹਾ ਜੀ ਇਹ ਜਿਵੇਂ ਨੈਪੋਲੀਅਨ ਨੇ ਕਿਹਾ ਸੀ ਕਦੇ ਅੰਗਰੇਜ਼ਾਂ ਨੂੰ ਕਿ ਕੰਟਰੀ ਆਫ ਸ਼ਾਪਕੀਪਰਸ ਜੀ ਵਪਾਰੀ ਨੇ ਦੁਕਾਨਦਾਰ ਨੇ ਬਾਣੀਏ ਨੇ ਇਹਨਾਂ ਨੂੰ ਜਿੱਥੋਂ ਚਾਰ ਪੈਸੇ ਮਿਲਣਗੇ ਉਹ ਪੁੱਛਿਆ ਸੀ ਕਿਸੇ ਨੇ ਬਾਣੀਏ ਨੂੰ ਕਿ ਸਵਰਗ ਮੇਂ ਜਾਓਗੇ ਕਿ ਨਰਕ ਮੇਂ ਉਹਨਾਂ ਨੇ ਕਿਹਾ ਜੀ ਪੈਸੇ ਦੋ ਪੈਸੇ ਜ਼ਿਆਦਾ ਕਹਾਂ ਮਿਲੇਂਗੇ ਨਰਕ ਜਾਣ ਨੂੰ ਤਿਆਰ ਹੈ ਜੇ ਦੋ ਪੈਸੇ ਵੱਧ ਮਿਲਣ ਜੀ ਸੋ ਇਹ ਜਿਹੜਾ ਹੁਣ ਤਿੱਬਤ ਦਾ ਵੀ ਇਸ਼ੂ ਇਹ ਕਈ ਵਾਰੀ ਖੜ੍ਹਾ ਕਰਦੇ ਨੇ ਉਦੋਂ ਵੀ ਇਹਨਾਂ ਨੇ ਦਲਾਈ ਲਾਮੇ ਨੂੰ ਆਪਣੇ ਹੱਥਾਂ 'ਤੇ ਚਾੜਿਆ ਹੋਇਆ ਸੀ ਔਰ ਬਾਅਦ ਦੇ ਵਿੱਚ 1959 ਦੇ ਵਿੱਚ ਜਦੋਂ ਦਲਾਈ ਲਾਮਾ ਇੰਡੀਆ ਆਇਆ ਹੁਣ ਤਾਂ ਇਹਦੇ ਪਰੂਫ ਨੇ ਕਿ CIA ਅਮਰੀਕਨ ਏਜੰਸੀ ਜਿਹੜੀ ਹੈ ਉਹਦਾ ਓਪਰੇਸ਼ਨ ਸੀ ਨਹਿਰੂ ਦੇ ਨਾਲ ਮਿਲ ਕੇ ਕਿ ਉਹਨੂੰ ਕੱਢਣਾ ਔਰ ਅੱਜ ਤੱਕ ਉਹਨੂੰ ਚੀਨ ਦੇ ਅਗੇਂਸਟ ਵਰਤਦੇ ਨੇ ਜੀ ਦਲਾਈ ਲਾਮੇ ਨੂੰ ਉੱਥੇ ਧਰਮਸ਼ਾਲਾ ਬਿਠਾਇਆ ਹੋਇਆ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਜੀ ਸੋ 2012 ਦੇ ਵਿੱਚ ਸਾਇੰਟਿਸਟ ਨੇ ਇੱਕ ਮੈਜਿਕ ਕਾਰਪੈਟ ਆਪਟੀਕਲ ਫਾਈਬਰਸ ਨਾਲ ਤਿਆਰ ਕੀਤੀ ਔਰ ਉਹਨਾਂ ਨੇ ਕਿਹਾ ਵੀ ਇਹਦੇ 'ਚ ਜਿਹੜੇ ਐਲਡਰਲੀ ਲੋਕ ਤੁਰਦੇ ਆ ਕਿਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਉਹਨਾਂ ਨੂੰ ਵਾਰਨ ਕਰੇਗੀ ਇਹ ਪਤਾ ਨਹੀਂ 2012 'ਚ ਇਹਦਾ ਪੇਟੈਂਟ ਲਿਆ ਹੋਏਗਾ ਜੇ ਕਦੇ ਸੁਣਿਆ ਤਾਂ ਨਹੀਂ ਹੈ ਵੀ ਇਹਦੀ ਮਾਰਕੀਟਿੰਗ ਹੋਈ ਹੈ ਪਰ ਜੇ ਇਹ ਕਾਫੀ ਯੂਜ਼ਫੁਲ ਹੋਏ ਤੇ ਮੇਰਾ ਖਿਆਲ ਹੈ ਕਿ ਵੀ ਬੁਢਾਪੇ 'ਚ ਸਾਰਿਆਂ ਦੇ ਕੰਮ ਆਏਗੀ ਸਾਡੇ ਜੀ ਡਾਕਟਰ ਸਾਹਿਬ ਸਮੇਂ ਦੀ ਸੀਮਾ ਨੂੰ ਮੁੱਖ ਰੱਖਦੇ ਹਾਂ ਤੁਹਾਡੇ ਕੋਲ ਕੁਐਸਚਨ ਅਸੀਂ ਨਹੀਂ ਪੁੱਛਾਂਗੇ ਤੁਸੀਂ ਦੱਸੋ ਅੱਜ ਦਾ ਵਿਚਾਰ ਦੇਖੋ ਹੁਣ ਤੁਸੀਂ ਕਰ ਰਹੇ ਹੋ ਧੱਕਾ ਜੀ ਅਸੀਂ ਸਮੇਂ ਦੀ ਸੀਮਾ 'ਚ ਤੁਹਾਨੂੰ ਸਵਾਲ ਦਾ ਜਵਾਬ ਵੀ ਦੇ ਦੇਣਾ ਤੇ ਦੂਸਰਾ ਸਵਾਲ ਪੁੱਛੋ ਠੀਕ ਹੈ ਡਾਕਟਰ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਖ ਨੌਜਵਾਨਾਂ ਦੇ ਕਾਤਲ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਐਲਾਨਿਆ ਹੈ ਇਸ ਬਾਰੇ ਤੁਹਾਡੇ ਕੀ ਕਮੈਂਟ ਨੇ ਦੇਖੋ ਇਸ ਨੂੰ ਕਹਿੰਦੇ ਨੇ ਬੇੜਾ ਗਰਕ ਜੀ ਹੋਰ ਤਾਂ ਇਹਦੇ ਲਈ ਕੋਈ ਸ਼ਬਦ ਨਹੀਂ ਹੈ ਇਜ਼ਹਾਰ ਆਲਮ SSP ਅੰਮ੍ਰਿਤਸਰ ਹੁੰਦਿਆਂ ਉਹਨੇ ਆਲਮ ਸੈਨਾ ਬਣਾਈ ਸਭ ਤੋਂ ਪਹਿਲਾਂ ਪੂਰੇ ਆਪਣੇ ਉਹਨਾਂ ਟਾਊਟਾਂ ਰਾਹੀਂ ਦਰਜਨਾ ਨੌਜਵਾਨ ਮਾਰੇ ਜਦੋਂ ਉੱਥੋਂ ਬਦਲ ਕੇ ਜਲੰਧਰ ਆਇਆ ਉਹ ਜਿਹੜੇ ਟਾਊਟ ਵੀ ਸੀ ਸਾਰੇ ਆਲਮ ਉਹ ਸਾਰੇ ਮਾਰਤੇ ਜੀ ਫਿਰ ਕਿਸ ਤਰੀਕੇ ਨਾਲ ਉਹਨੂੰ ਡਾਇਰੈਕਟਰ ਜਨਰਲ ਪੁਲਿਸ ਤੱਕ ਪਹੁੰਚਾਇਆ ਫਿਰ ਬਾਦਲ ਨੇ ਕਿਵੇਂ ਉਹਨੂੰ ਈਵਨ ਟਿਕਟ ਦੇ ਦਿੱਤੀ ਸੀ ਮਲੇਰਕੋਟਲੇ ਤੋਂ ਸਿੱਖਾਂ 'ਚ ਪ੍ਰੋਟੈਸਟ ਹੋਇਆ ਉਹਦੀ ਘਰਵਾਲੀ ਨੂੰ ਅਕਾਲੀ ਬਣਾ ਦਿੱਤਾ MLA ਔਰ ਉਹਨੂੰ ਉਸ ਅਕਾਲੀ ਦਲ ਦੀ ਉਸ ਅਕਾਲੀ ਪਾਰਟੀ ਦਾ ਜਿਹੜੀ ਸਿੱਖ ਹਿੱਤਾਂ ਦੇ ਲਈ ਖੂਨ ਦੇ ਵਿੱਚ ਆਈ 90 ਸਾਲ ਦਾ ਉਹਨਾਂ ਦਾ ਇਤਿਹਾਸ ਹੈ ਉਹਦਾ ਵਾਈਸ ਪ੍ਰੈਜ਼ੀਡੈਂਟ ਇਹਨੂੰ ਤਾਂ ਕਹਿੰਦੇ ਨੇ ਕਿ ਵੀ ਟੂ ਸ਼ੋਅ ਦਾ ਰੈੱਡ ਫਲੈਗ ਜੀ ਵੀ ਜਿਵੇਂ ਉਹ ਰੈੱਡ ਫਲੈਗ ਟੂ ਦਾ ਬੁੱਲ ਜਿਹੜਾ ਉਹ ਬੁੱਲ ਹੁੰਦਾ ਸਾਨ ਹੈ ਉਹ ਤੁਸੀਂ ਲਾਲ ਦਿਖਾਓ ਤੁਹਾਡੇ ਸਿੰਘ ਮਾਰਦਾ ਹੁਣ ਜਾਂ ਤਾਂ ਉਹ ਸਮਝਦੇ ਨੇ ਵੀ ਮਰ ਗਏ ਸਿੱਖ ਸਾਰੇ ਵੀ ਕਿਸੇ ਦੀ ਕੋਈ ਅਣਖ ਨਹੀਂ ਹੈ ਕਿਸੇ ਦੀ ਕੋਈ ਗੈਰਤ ਨਹੀਂ ਹੈ ਇਜ਼ਹਾਰ ਆਲਮ ਕਾਤਲ ਉਹ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਔਰ ਅਸੀਂ ਸਮਝਦੇ ਹਾਂ ਕਿ ਇਹ ਹੁਣ ਸਿੱਖਾਂ ਨੇ ਦੇਖਣਾ ਜਿਹੜੇ ਲੋਕ ਇਹਨਾਂ ਦੀ ਵੜੇ ਹੋਏ ਨੇ ਇਹਨਾਂ ਦੇ ਨਾਲ ਇਹਨਾਂ ਦੇ ਜੁੱਤੀਆਂ ਚੱਟਦੇ ਨੇ ਉਹ ਦੇਖਣ ਕਿ ਵੀ ਹੋਰ ਕੋਈ ਗੈਰਤ ਕੋਈ ਅਣਖ ਕੋਈ ਚੀਜ਼ ਬਾਕੀ ਬਚੀ ਆ ਉਹਨਾਂ ਦੇ ਵਿੱਚ ਜੀ ਜੀ ਬਿਲਕੁਲ ਵਟ ਅ ਸ਼ੇਮ ਜੀ ਜੀ ਹੁਣ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਨੰਬਰ 98 ਨੂੰ ਚੁਣਿਆ ਜੀ ਔਰ ਉਹ ਸ਼ਲੋਕ ਹੈ ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆਵੈ ਢਾਹਾ ਅੱਗੇ ਦੋਜ਼ਕ ਤਪਿਆ ਸੁਣੀਐ ਹੂਲ ਪਵੈ ਕਾਹਾਹਾ ਇਕਨਾ ਨੂੰ ਸਭ ਸੋਝੀ ਆਈ ਇੱਕ ਫਿਰਦੈ ਵੇ ਪਰਵਾਹ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗੈ ਹੋਗਾ ਜਿਵੇਂ ਬਾਬਾ ਫਰੀਦ ਜੀ ਦਾ ਜਿਹੜਾ ਥੀਮ ਹਮੇਸ਼ਾ ਹੀ ਮਨੁੱਖ ਨੂੰ ਮੌਤ ਯਾਦ ਕਰਵਾਉਣਾ ਜੀ ਔਰ ਉਸ ਦੇ ਲਈ ਉਹਨਾਂ ਨੇ ਪਹਿਲਾ ਅਲੰਕਾਰ ਦਰਿਆ ਦਾ ਕੰਢਾ ਔਰ ਉਹ ਕੰਢਾ ਕਿਉਂਕਿ ਜਿਉਂ ਜਿਉਂ ਦਰਿਆ ਦਾ ਪਾਣੀ ਜਾਂਦਾ ਹੈ ਤਾਂ ਜਿਹੜਾ ਅੱਜ ਕੰਢਾ ਹੁੰਦਾ ਉਹ ਖੁਰ ਰਿਹਾ ਹੁੰਦਾ ਉਹ ਡਿੱਗ ਰਿਹਾ ਹੁੰਦਾ ਦਰਿਆ ਫੈਲ ਰਿਹਾ ਹੁੰਦਾ ਅਤੇ ਮਿੱਟੀ ਜਿਹੜੀ ਹੈ ਉਸ ਕੰਢੇ ਦੀ ਖੁਰ ਖੁਰ ਕੇ ਉਹਦੇ 'ਚ ਉਹਨੂੰ ਢਾਹਾ ਕਹਿੰਦੇ ਨੇ ਕਿ ਦਰਿਆ ਦਾ ਜਿਹੜਾ ਕੰਢਾ ਹੈ ਉਹ ਵੀ ਢਹਿ ਰਿਹਾ ਹੈ ਬਾਬਾ ਫਰੀਦ ਕਹਿੰਦੇ ਨੇ ਕਿ ਇਸ ਤਰ੍ਹਾਂ ਹੀ ਮੌਤ ਦਾ ਬੰਨਾ ਇਵੇਂ ਹੀ ਦਿਸਦਾ ਹੈ ਮੌਤ ਇੰਨੀ ਕਰੀਬ ਲੱਗਦੀ ਹੈ ਜਿਵੇਂ ਦਰਿਆ ਜਿਹੜਾ ਉਹ ਐਰੋਡ ਹੋ ਰਿਹਾ ਜੀ ਅੱਗੇ ਦੋਜ਼ਕ ਤਪਿਆ ਸੁਣੀਐ ਦੋਜ਼ਕ ਨਰਕ ਨੂੰ ਕਹਿੰਦੇ ਨੇ ਇਹਦੇ 'ਚ ਪਰਸ਼ਨ ਦੇ ਵਿੱਚ ਦੋ ਸ਼ਬਦ ਜਿਹਨੂੰ ਅਸੀਂ ਸਵਰਗ ਨਰਕ ਕਹਿੰਦੇ ਹਾਂ ਬਹਿਸ਼ਤ ਅਤੇ ਦੋਜ਼ਕ ਗੁਰਬਾਣੀ 'ਚ ਹੋਰ ਵੀ ਥਾਵਾਂ 'ਤੇ ਦੋਜ਼ਕ ਸ਼ਬਦ ਆਇਆ ਜੀ ਔਰ ਜਿਹੜਾ ਫੇਥ ਹੈ ਐਸੈਮੈਟਿਕ ਧਰਮਾਂ ਦਾ ਵੀ ਔਰ ਇੱਧਰਲਿਆਂ ਦਾ ਵੀ ਕਿ ਨਰਕਾਂ ਦੀ ਅੱਗ ਹੁੰਦੀ ਹੈ ਜਿਹੜੇ ਜਿਹੜੇ
ਪਾਪ ਕਰਨ ਵਾਲੇ ਨੇ, ਵਕਾਰੀ ਲੋਕ ਨੇ, ਉਹ ਨਰਕਾਂ ਦੀ ਅੱਗ 'ਚ ਸੜਦੇ ਨੇ ਜੀ, ਔਰ ਜਿਹੜੇ ਚੰਗੇ ਕੰਮ ਕਰਨ ਵਾਲੇ ਨੇ ਉਹ ਮੌਜਾਂ ਮਾਣਦੇ ਨੇ ਸਵਰਗਾਂ ਦੇ ਵਿੱਚ। ਸੋ ਬਾਬਾ ਫਰੀਦ ਕਹਿੰਦੇ ਨੇ ਵੀ ਅਸੀਂ ਸੁਣਿਆ ਕਿ ਅੱਗੇ ਜਿਹੜਾ ਦੋਜ਼ਖ ਹੈ, ਨਰਕ ਹੈ, ਉਹ ਤਪਦਾ, ਹੂਲ ਪਵੈ ਕਾਹਾਹਾ, ਕਿ ਨਰਕਾਂ 'ਚੋਂ ਫਿਰ ਜਦੋਂ ਜਿਹਨਾਂ ਨੂੰ ਦੁੱਖ ਮਿਲ ਰਿਹਾ, ਕੋਈ ਸੜ ਰਿਹਾ, ਕੋਈ ਕੱਟਿਆ ਜਾ ਰਿਹਾ, ਕੋਈ ਜਮਦੂਤ ਕੁਛ ਕਰ ਰਹੇ ਨੇ ਅਤੇ ਹਾਲ ਪਾ ਰਿਹਾ ਪਈ ਹੁੰਦੀ ਹੈ, ਕਾਹਾਹਾ ਜਿਹਨੂੰ ਕਿ ਵਿਚਾਰ 'ਚ ਫੇਰੇ, ਸਕਰੀਮਸ ਨੇ, ਚੀਕਾਂ ਸੁਣ ਰਹੀਆਂ ਨੇ। ਸੋ ਇਹ ਵੀ ਉਹਨਾਂ ਦਾ ਦੱਸਣਾ ਕਿ ਵੀ ਮੌਤ ਇੰਨੀ ਕਰੀਬ ਆ ਰਹੀ ਹੈ, ਇਵੇਂ ਲੱਗ ਰਿਹਾ ਕਿ ਵੀ ਬਸ ਅਸੀਂ ਚੱਲੇ ਹਾਂ, ਔਰ ਕੰਨਾਂ ਦੇ ਵਿੱਚ ਜਿਹੜੀ ਦੋਜ਼ਖ ਹੈ ਉਸ ਦੀ ਕੁਰਲਾਟ ਜਿਹੜੀ ਹੈ ਉਹ ਸੁਣ ਰਹੀ ਹੈ। ਅਤੇ ਫਿਰ ਆਪਣੇ ਆਪ ਨੂੰ ਉਹਨਾਂ ਨੇ ਰਿਮਾਇੰਡ ਕਰਵਾਇਆ, ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦਾ ਵੇ ਪਰਵਾਹ, ਕਿ ਇੱਕ ਜਿਹੜੇ ਨੇ ਜਿਹਨਾਂ ਨੂੰ ਰੰਕਾਰ ਨੇ ਇਹ ਸਮਝਾ ਦਿੱਤਾ ਕਿ ਮੌਤ ਰਿਐਲਿਟੀ ਹੈ, ਉਹਨਾਂ ਨੂੰ ਸੋਝੀ ਆ ਗਈ ਹੈ। ਇੱਕ ਜਿਹੜੇ ਨੇ ਉਹ ਬੇਖਬਰ ਹੋ ਕੇ ਗਫਲਤ ਸੁੱਤੇ ਨੇ ਕਿ ਵੀ ਅਸੀਂ ਤਾਂ ਮਰਨਾ ਹੀ ਨਹੀਂ ਹੈ। ਅਮਲ ਜੇ ਕੀਤਿਆ ਦੁਨੀਆਂ ਵਿੱਚ ਸੇ ਦਰਗਹਿ ਉਹ ਗਾਹ, ਪਰ ਉਹ ਕਹਿੰਦੇ ਨੇ ਹੇ ਮਨੁੱਖ ਇਹ ਯਾਦ ਰੱਖ ਕਿ ਜੋ ਕੰਮ ਤੂੰ ਇਸ ਜੀਵਨ ਦੇ ਵਿੱਚ ਕੀਤੇ ਨੇ, ਇਸ ਜ਼ਿੰਦਗੀ ਦੇ ਵਿੱਚ ਕੀਤੇ ਨੇ, ਉਸ ਦੀ ਅਕਾਊਂਟੇਬਿਲਿਟੀ ਉਸ ਲਈ ਤੈਨੂੰ ਦਰਗਾਹ ਦੇ ਵਿੱਚ ਜਵਾਬਦੇਹ ਬਣਾਇਆ ਜਾਏਗਾ। ਔਰ ਇਹ ਰਿਮਾਈਂਡਰ ਹੈ ਕਿ ਵੀ ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ, ਜੋ ਬੀਜਿਆ ਉਹ ਵੱਢਣੇ, ਔਰ ਜੋ ਤੂੰ ਕੀਤਾ ਉਹ ਤੈਨੂੰ ਮਿਲੇਗਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ, ਵੀ ਇਹ ਕਿਸੇ ਨੂੰ ਦੋਸ਼ ਨਹੀਂ ਹੋਏਗਾ, ਜੋ ਤੂੰ ਕੀਤਾ ਉਹੀ ਪਾਏਗਾ। ਸੋ ਇਹ ਬਾਬਾ ਫਰੀਦ ਜੀ ਦਾ ਸ਼ਲੋਕ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਕਤ ਹੈ ਕਿ ਨਹੀਂ ਜੀ, ਬਿਲਕੁਲ ਡਾਕਟਰ ਸਾਹਿਬ, ਸਵਾਲ ਨਹੀਂ ਕੱਟਣਾ ਫਿਊਚਰ 'ਚ, ਨਹੀਂ ਕਰਦੇ ਜੀ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ, ਤੁਸੀਂ ਆਪਣੀ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ 'ਤੇ sos@tv84.tv 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ, ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।